सही इंजन तो ये लिखा है मेड इन यूएसएसआर रशिया 75 हॉर्स पावर। मर्जी बैठा रहे, एक दी सीट देख लो ऊपर में, तुम्हें दी लुक दिखा देना। हाई लो वाला भी यही है, बाकी इनमें खिचाई बहुत है, मतलब जिथे गड़ गया ना छड़दा नहीं। अज भाई तुम आप दिखाने बायलार्स, ये भी अपने बोयल भरा का ही है, बहुत सोहना तैयार करया हुआ भी। ये भी यार एक हिसाब का ही लग रहा है जिमें एजेंसी चो एवं आया हों, बहुत साफ है ट्रैक्टर भी भाई ने हमने यदा पेंट वगैरह कराया, तो पिछले टायर हो गए चार, ये भी चेंज करे ने, तो जिथे तक मैनू लगता तो बाकी होर की चेंज करे आप भरा ना करते हैं गलबात। तो बई आप जो ट्रैक्टर की गल करिए कि मॉडल है ये भाजी 70 मॉडल 1970 मॉडल, तो आप कदों लिया हो गया 4-5 साल जी आप हम मॉडिफिकेशन करी हुई है, ये कदों को करती सी ਲੈਣ ਤੋਂ ਕਿੰਨੇ ਚਿਰ ਬਾਅਦ ਜਦ ਦੇ ਲੈ ਆਇਆ ਕਰੀ ਜਾਂਦੇ ਆ ਥੋੜਾ ਬਹੁਤ ਉਦੋਂ ਕਦੇ ਹੀ ਭਾਜੀ ਥੋੜਾ ਬਹੁਤਾ ਉਹ ਹੋ ਗਿਆ ਕੁਛ ਹੋ ਗਿਆ ਕਿ ਇੱਕਦਮ ਸਮਾਨ ਤੇ ਤਾਂ ਮਿਲਦਾ ਨਹੀਂ ਥੋੜਾ ਥੋੜਾ ਕਰਕੇ ਕਰੀ ਗਿਆ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਿਸ ਚੀਜ਼ ਤੋਂ ਕਰੀ ਸੀ ਆਪਾਂ ਇਹਦੀ ਮੋਡੀਫਿਕੇਸ਼ਨ ਦੀ? ਪਹਿਲਾਂ ਤਾਂ ਭਾਜੀ ਪਾਵਰ ਕੀਤਾ ਹੀ ਲਿਆ। ਅੱਛਾ ਸਟੀਅਰਿੰਗ ਪਾਵਰ ਕੀਤਾ ਸੀਗਾ। ਉਦੋਂ ਕਿੰਨਾ ਕੁ ਭਾਰਾ ਸੀਗਾ? ਸਟੀਅਰਿੰਗ ਭਾਰਾ ਨਹੀਂ ਸੀ ਭਾਜੀ, ਜਿਹੜੇ ਬਹੁਤ ਸੀ ਸਟੀਅਰਿੰਗ ਦੇ। ਅੱਛਾ ਉਦਾਂ ਰਹਿਣਾ ਜਿਹੜਾ ਜ਼ਿਆਦਾ ਦੇਣਾ ਮਿਲਦਾ। ਹਾਂ ਉਹੀ ਮੋੜਤਾ ਵਾ ਮੈਂ ਉਨੇ ਹੀ ਜਾਂਦਾ ਸੀ, ਥੋੜੀ ਕਟਾਈ ਮਤਲਬ ਵੀ ਥੋੜਾ ਥਾਂ ਲੈ ਕੇ ਮੋੜਦਾ ਸੀ। ਹਾਂਜੀ ਉਹੀ ਠੀਕ ਹੈ ਠੀਕ ਹੈ। ਤੇ ਪਾਵਰ ਇਹਦਾ ਸੌਖਾ ਹੀ ਹੋ ਗਿਆ ਸੀਗਾ? ਨਹੀਂ ਭਾਜੀ ਪਾਵਰ ਲਈ ਆਹ ਜਗਾੜ ਲਾਇਆ ਫਿਰ ਆਹ ਵਿੱਚ ਗਰਾਰੀ ਦੀ ਕਪਲਿੰਗ ਚਾੜ ਕੇ ਮੋਰੇ ਗਰਾਰੀ ਦੇ ਕੇ ਮੋਰੇ ਪੰਪ ਲਾਇਆ। ਅੱਛਾ ਜੀ ਸਟੀਅਰਿੰਗ ਦਾ। ਤੇ ਇਹਦਾ ਸਮਾਨ ਫਿਰ ਇਹਦਾ ਇੱਥੇ ਹੀ ਲਾਤਾ ਹੋਊਗਾ? ਹਾਂਜੀ ਆਪ ਲਾਇਆ, ਸਵਰਾਜ ਦਾ ਪੰਪ ਲੱਗਾ ਆ ਪਿੱਛੇ ਵੀ ਲੈਫਟ ਵਾਲਾ, ਇਹਦਾ ਥੋੜਾ ਕੰਮ ਘੱਟ ਕਰਦਾ ਸੀ ਤੋਂ ਫਿਰ ਉਹ ਵੀ ਚੇਂਜ ਕਰਕੇ ਸਵਰਾਜ ਦੇ ਲਾਤਾ ਸੀ ਵੱਡਾ। ਠੀਕ ਹੈ ਜੀ ਹੁਣ ਵਧੀਆ ਪਾਵਰ ਘੁੰਮਦਾ ਵਧੀਆ ਸਾਰਾ ਕੁਝ, ਹੁਣ ਲੈਫਟ ਵੀ ਵਧੀਆ ਉਹਦੇ ਨਾਲ। ਤੇ ਇਹਦੇ ਜੈਕ ਵਗੈਰਾ ਕਿਹੜੇ ਲਾਇਆ ਜੀ? ਇਹ ਜੈਕ ਭਾਜੀ ਪਹਿਲਾਂ ਸਾਈਡ ਤੇ ਲਾਇਆ ਸੀ ਉਦੋਂ ਥੋੜਾ ਜਿਹਾ ਜਗਾੜੋ ਕੀਤਾ ਸੀਗਾ ਜ਼ਿਆਦਾ ਕੰਮ ਅੱਜ ਤੇ ਜਸਾਰ ਦੇ ਤਾਂ ਥੋੜਾ ਜਿਹਾ ਜ਼ਿਆਦਾ ਉਹਦੇ ਵਿੱਚ ਪਲੇ ਵਾਂਗੂ ਸਮਝ ਲਓ ਸ਼ੋ ਕਰਦਾ ਜੀ ਇੱਕ ਸਾਈਡ ਤੇ ਇੱਕੋ ਜਿਹਾ ਲਾਇਆ। ਹਾਂਜੀ ਜਿਹੜਾ ਡਬਲ ਆਇਆ ਭਾਜੀ ਫਾਰਮ ਟ੍ਰੈਕ ਵਾਲਾ T20 ਵਾਲਾ ਜਿਹੜਾ ਨਵਾਂ ਹੁਣ ਠੀਕ ਹੈ ਥੋੜਾ ਜਿਹਾ ਹੋਇਆ ਹੁਣ ਲਾਈਨ। ਅੱਛਾ ਜੀ ਹੁਣ ਇਹਦੀ ਐਕੂਰੇਸੀ ਬਹੁਤ ਵਧੀਆ ਹੈ। ਤੇ ਇਹਦੇ ਕਿੰਨਾ ਕਾ ਗਿਆ ਸੀਗਾ ਜੀ ਖਰਚਾ ਆਪਣਾ ਪਾਵਰ ਕਰਨ ਤੇ? ਇਹ ਭਾਜੀ ਪਹਿਲਾਂ ਕਿਉਂਕਿ ਪਹਿਲਾਂ ਵੀ ਕੀਤਾ ਸੀ ਬਾਅਦ ਦੇ ਵਿੱਚ ਤਾਂ ਜੇਕੇ ਲਿਆ ਕੇ ਲਿਆ 7000 ਦਾ ਜੇਕੇ। ਹਾਂਜੀ ਹਾਂਜੀ ਤੇ ਇਹ ਆਪਾਂ ਘਰੀ ਕਰ ਲਿਆ ਸੀਗਾ ਜੀ? ਹਾਂਜੀ ਭਾਜੀ ਅੱਛਾ ਕਾ ਕੰਮ ਨਹੀਂ ਹੈਗਾ ਜੇਕੇ ਤਾਂ ਬਣਿਆ ਮੈਂ ਆਉਂਦਾ। ਹਾਂਜੀ ਹਾਂਜੀ ਆਰਮਾਂ ਲਾਤੀਆਂ ਦਾ ਗੱਬੇ ਸਪੋਰਟਾਂ ਦੇ ਵੀ ਕਰਦਾ। ਠੀਕ ਹੈ ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਆਹ ਜੇ ਪੇਂਟ ਆਪਾਂ ਪੇਂਟ ਦੀ ਗੱਲ ਕਰੀਏ? ਹਾਂਜੀ ਹਾਂਜੀ ਪੇਂਟ ਵੀ ਭਾਜੀ ਆਪਣੇ ਹੀ ਬੰਦੇ ਕੋ ਕਰਾਇਆ ਸੀਗਾ ਮੇਰੇ ਖਿਆਲ ਨਾਲ 20-22000 ਰੁਪਏ ਆਇਆ ਹੋਣਾ 25 ਜਾਂ 2K ਦਾ ਪੇਂਟ ਕੀਤਾ ਸੀ। ਪੇਂਟ ਉਦਾਂ ਵੀ ਦੂਰੋਂ ਬਹੁਤ ਸਾਫ ਸੁਥਰਾ ਆ, ਵਧੀਆ ਪੇਂਟ ਹੋਇਆ ਹੋਇਆ ਆਪ ਦੇ ਸੰਭਾਲਦੇ ਆ। ਹਾਂਜੀ ਹੁਣ ਤਾਂ ਸਾਲ ਡੇਢ ਸਾਲ ਹੋ ਵੀ ਗਿਆ ਰੰਗ ਹੋਇਆ। ਤਾਂ ਵੀ ਬਹੁਤ ਸੋਹਣਾ ਜੀ ਸਾਫ ਸੁਥਰਾ। ਇਹ ਤਾਂ ਆਪਾਂ ਕੀ ਕੀ ਲੈਨੇ ਆ ਬਾਈ ਕੰਮ? ਇਹ ਭਾਜੀ ਤਵੀਆਂ ਦਾ ਤਾਂ ਤੂੜੀ ਵਾਲੀ ਮਸ਼ੀਨ ਵੀ ਚਲਾਈ ਸੀ, ਵਧੀਆ ਖਿੱਚਦਾ ਸੀਗਾ ਵਧੀਆ ਵਧੀਆ। ਤੇ ਇਹਦਾ ਤੇਲ ਦਾ ਖਰਚਾ? ਤੇਲ ਦਾ ਖਰਚਾ ਭਾਜੀ ਜਦੋਂ ਤਾਂ ਆਪਾਂ ਚਲਾਉਨੇ ਆ ਰੋਡ ਤੇ ਘੱਟ ਕੰਮ ਤੇ ਇਹ ਤਾਂ ਘੱਟ ਹੀ ਲੈਂਦਾ ਖਰਚਾ ਵੀ ਨਾਰਮਲ ਟਰੈਕਟਰ ਨਾਲ ਪਾਵਰ ਤੇ ਟਰੈਕਟਰ ਖਾ ਜਾਂਦਾ 7-8 ਲੀਟਰ ਉਸ ਹਿਸਾਬ ਨਾਲ ਫਿਰ ਜ਼ੋਰ ਵੀ ਪੂਰਾ ਮਾਰਦਾ ਇੰਨਾ ਆ ਪਰ ਸਲੋ ਤੇ ਬਹੁਤ ਘੱਟ ਖਰਚਾ। ਅੱਛਾ ਵੀ ਨਾਰਮਲ ਜਾਂਦੇ ਆਉਨੇ ਆ ਆਮ ਜਾਂਦੇ ਆ ਕੰਮ ਕਰਦੇ ਆ ਜਦੋਂ ਛੋਟਾ ਕੰਮ ਆ ਕੋਈ ਉਹਦੇ ਸਵਾਗੇ ਤੇ ਉੱਤੇ ਘੱਟਿਆ ਖਰਚਾ ਆਪਾਂ ਇਹ ਮਤਲਬ ਕਹਿ ਲਓ ਵੀ ਸ਼ੌਂਕ ਨਾਲ ਵੀ ਰੱਖਿਆ ਹੋਇਆ ਤੇ ਕੰਮ ਵੀ ਪੂਰਾ ਲੈਨੇ ਆ ਵੀ ਇਹ ਖੜਾ ਕੇ ਨਹੀਂ ਰੱਖਦੇ। ਨਹੀਂ ਨਹੀਂ ਕੰਮ ਪੂਰਾ ਭਾਜੀ ਤਵੀਆਂ ਦਾ ਲੱਗਦਾ ਸੁਪਰ ਸੀਡਰ ਵੀ ਅਰਗੀ ਚਲਾਈਏ। ਅੱਛਾ ਇਹਨਾਂ ਸੁਪਰ ਸੀਡਰ ਹਾਂਜੀ ਵਜਾਈ ਕਰਾਂਗੇ। ਹਾਂਜੀ ਹਾਂਜੀ ਇੰਜਣ ਭਾਈ ਚੇਂਜ ਕੀਤਾ ਸੀ ਇਹਦਾ ਇੰਜਣ ਓਰੀਜਨਲ ਹੀ ਪਹਿਲਾਂ ਸੀਗਾ ਜਿਹੜਾ ਹਾਂਜੀ 50 ਹਾਰਸ ਪਾਵਰ ਚ ਆਉਂਦਾ ਸੀ। ਹਾਂਜੀ ਹਾਂਜੀ ਥੋੜਾ ਜਿਹਾ ਤੂੜੀ ਦੇ ਵਾਲੀ ਮਸ਼ੀਨ ਤੇ ਚਲਾਈ ਥੋੜਾ ਜਿਹਾ ਖਰਾਬੀ ਹੋ ਗਈ ਥੋੜੀ ਜਿਹੀ ਆਪ ਦੀ ਗਲਤੀ ਹੋ ਗਈ। ਅੱਛਾ ਜੀ ਤਾਂ ਫਿਰ ਹੁਣ ਇਹਦੇ 75 ਹਾਰਸ ਪਾਵਰ ਦਾ ਉਤਰਿਆ ਜੀ 75 ਹਾਰਸ ਪਾਵਰ ਦਾ। ਹਾਂਜੀ ਤੇ ਇੱਥੋਂ ਦਾ ਬਈ ਇਹ ਨਾਰਮਲ ਇੱਥੋਂ ਆਪਣੇ ਤੋਂ ਤਾਂ ਮਿਲਿਆ ਨਹੀਂ ਹੋਣਾ ਕਿਤੋਂ ਇਹ ਇੰਜਣ? ਯੂਪੀ ਚੋਂ ਲਿਆ ਵੀ ਯੂਪੀ ਚੋਂ। ਹਾਂਜੀ ਹਾਂਜੀ ਫੁੱਲ ਸੀਗਾ ਇੰਜਣ ਕੇ ਆਪਾਂ ਕਰਿਆ ਕੋਈ ਦਾ ਥੋੜਾ ਜਿਹਾ ਥੱਲੇ ਆ ਤਾਂ ਪੂਰਾ ਕਰੰਟ ਚ ਠੀਕ ਹੈ ਚਲ ਥੋੜਾ ਬਹੁਤਾ ਹੁੰਦਾ ਹੀ ਹੈ। ਹਾਂਜੀ ਹਾਂਜੀ ਹਨਾ ਵੀ ਆਪਾਂ ਨੂੰ ਹੱਥ ਫੇਰਨ ਦੀ ਲੋੜ ਨਹੀਂ ਪਈ। ਭਾਜੀ ਲੈ ਜਾਂਦਾ ਸੀ ਵਿੱਚ ਨਹੀਂ ਉੱਥੋਂ ਇਦਾਂ ਲਿਆਂਦਾ ਲਿਆ ਕੇ ਸਿਰਫ ਜੜਿਆ ਹੀ ਫਿਰ। ਅੱਛਾ ਉਹਦੇ ਬੰਦੇ ਨੇ ਗਾਰੰਟੀ ਦਿੱਤੀ ਸੀ ਮਿਸਤਰੀ। ਹਾਂਜੀ ਮਿਸਤਰੀ ਕੋਲ ਹੀ ਸੀਗਾ। ਅੱਛਾ ਠੀਕ ਨਾਲ ਇੱਕ ਸਪੇਅਰ ਪੰਪ ਲਿਆਂਦਾ ਹੁਣ
ਤੇ ਫਿਟਿੰਗ ਆਸਾਨੀ ਨਾਲ ਹੀ ਹੋ ਗਈ ਸੀ ਕਿ ਆਸਾਨੀ ਨਾਲ ਭਾਈ ਓਰੀਜਨਲ ਆ ਓਰੀਜਨਲ ਦੇ ਵਿੱਚ ਇੱਦਾਂ ਹੀ ਫਿਟਿੰਗ ਹੋ ਗਈ ਜਿਹੜੀ ਕੋਈ ਇੰਨਾ ਬੜਾ ਔਖਾ ਨਹੀਂ ਹੋਇਆ ਨਹੀਂ ਨਹੀਂ ਕੁਝ ਵੀ ਨਹੀਂ ਭਾਈ ਉਹੀ ਫਰਾਈਬਲ ਉਹੀ ਪਲੇਟ ਲੱਗ ਗਈ ਅੱਗਿਓਂ ਵੀ ਉਹੀ ਜੁੜ ਗਿਆ ਕੋਈ ਰੌਲਾ ਨਹੀਂ ਤੇ ਕਿਤੇ ਜਿਹੜੇ ਟਾਇਰ ਨਾਲ ਦੇ ਹੁੰਦੇ ਆਪਾਂ ਉਹ ਕਿਉਂ ਨਹੀਂ ਰੱਖਿਆ ਗਏ ਨਾਲ ਦੇ ਭਾਜੀ ਪਤਲੇ ਸੀ ਥੋੜੇ ਜਿਹਾ ਜਿੱਦਾਂ 13-6-38 ਚਾਹੁੰਦੇ ਸੀ ਜਾਂ 13 14-6-38 ਚਾਹੁੰਦੇ ਸੀ ਫਿਰ ਭਾਜੀ ਥੋੜਾ ਜਿਹਾ ਭੀੜਾ ਜਿਹਾ ਲੱਗਦਾ ਸੀ ਟਰੈਕਟਰ ਉਹਨਾਂ ਇਹ ਟਾਇਰਾਂ ਨਾਲ ਵੈਸੇ ਇੱਕ ਗੱਲ ਹੈ ਰੋਬ ਵੀ ਵਧ ਗਿਆ ਟਰੈਕਟਰ ਦਾ ਹਾਂਜੀ ਹਾਂਜੀ ਬਾਕੀ ਇਹਨਾਂ ਖਿਚਾਈ ਬਹੁਤ ਹੋਊਗੀ ਅੱਛਾ ਇੱਕ ਗੇਅਰ ਥੱਲੇ ਦਾ ਜ਼ਰੂਰ ਆ ਜਾਂਦਾ ਪਰ ਖਿਚਾਈ ਮਤਲਬ ਜਿੱਥੇ ਖੜ ਗਿਆ ਨਾ ਛੱਡਦਾ ਨਹੀਂ ਟਰਾਲੀ ਹਾਂਜੀ ਦੇਖਿਆ ਕਿਤੇ ਜ਼ੋਰ ਵਗੈਰਾ ਟਰਾਲੀ ਦੇ ਦਾ ਟਰਾਲੀ ਟਰੂਲੀ ਖੁੱਬ ਜਵੇ ਭਾਜੀ ਬਸ ਇਹਨੂੰ ਇੱਕੋ ਹੀ ਪਾ ਲਓ ਬਹੁਤ ਹੀ ਇਕੱਲਾ ਹੀ ਖਿੱਚ ਲਿਆ ਹੁੰਦਾ ਟਾਇਰਾਂ ਨਾਲ ਫਿਰ ਇਹਦਾ ਇੰਜਨ ਨਾਲ ਤਾਂ ਨਹੀਂ ਕੋਈ ਫਰਕ ਪੈਣਾ ਇੰਜਨ ਨੂੰ ਪੈਂਦਾ ਥੋੜਾ ਜਿਹਾ ਪਰ ਹੁਣ ਇੰਜਨ ਬੜਾ ਹੋ ਗਿਆ ਹਾਂ ਇੰਜਨ ਦਾ ਮੈਂ ਕਹਿੰਦਾ ਪਹਿਲੇ ਨੂੰ ਤਾਂ ਬਹੁਤ ਫਰਕ ਪੈਂਦਾ ਹੋਊਗਾ ਬਾਕੀ ਸਪੀਡਾਂ ਬਹੁਤ ਥੱਲੇ ਆ ਭਾਜੀ 5 ਗੇਅਰ ਆ 6ਵਾਂ ਬੈਗ ਆ ਉਹ ਚ ਲੋ ਚ ਤਾਂ ਬਹੁਤ ਸਪੀਡ ਥੱਲੇ ਆ ਜੀ ਠੀਕ ਹੈ ਠੀਕ ਹਾਂ ਜੀ ਲੋ ਸਪੀਡ ਚ ਟਰੈਕਟਰ ਸੀਗੇ ਨਾ ਤੇ ਇਹਦੇ ਚਾਰੇ ਟਾਇਰ ਚੇਂਜ ਕਰੇ ਸੀ ਭਾਈ ਆਪਾਂ ਚੇਂਜ ਕਰੇ ਸੀ ਹਾਂਜੀ ਭਾਈ ਅਗਲੀ ਵੀ ਜਿੱਦਾਂ 4x4 ਵਾਲੀ ਲੁੱਕ ਜੀ ਆ ਗਈ ਹਾਂਜੀ ਉਹ ਵੀ ਬੀਕਟੀ ਦੇ ਵੀ ਪਿਛਲੇ ਵੀ ਠੀਕ ਹੈ ਇਹ 9520 ਦੇ ਆ ਹਾਂਜੀ ਪਿਛਲੇ 18-4-34 ਦੇ ਇੱਕ ਭਾਈ ਆ ਦੇਖ ਲਓ ਇਹਦਾ ਇੰਜਨ ਚਲਦੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਆਹਾ ਸਰਦੀਆਂ ਵਗੈਰਾ ਜਿਹਦੀ ਸਟਾਰਟਿੰਗ ਕਿਵੇਂ ਆ ਇਹ ਭਾਜੀ ਡੀ ਆਈ ਆ ਪਹਿਲਾਂ ਥੋੜੀ ਆਉਂਦੀ ਸੀ ਹੀਟਰਾਂ ਚ ਸਕਣ ਹਾਂ ਇਹਨੂੰ ਤਾਂ ਕੋਈ ਚੱਕਰ ਨਹੀਂ ਬਣੀ ਆਰਾਮ ਨਾਲ ਹੀ ਹੋ ਜਾਂਦਾ ਮਾਰ ਲਓ ਹਾਂਜੀ ਠੀਕ ਹੈ ਤੇ ਇੱਕ ਜਿੱਦਾਂ ਤੁਸੀਂ ਟਸ ਬਾਰੇ ਦੱਸ ਰਹੇ ਸੀਗੇ ਜੀ ਇਹ ਭਾਜੀ ਜਿੱਦਾਂ ਜਨਰੇਟਰ ਦੀ ਟਸ ਆ ਜਿਸ ਬੈਟਰੀ ਮਾੜੀ ਆ ਤਾਂ ਕਰਕੇ ਛੱਡ ਦਿਓ ਤਾਂ ਇਹਨੂੰ ਸੈਲਫ ਦਾ ਗੇੜਾ ਦੇ ਕੇ ਫਿਸਲ ਲੈਂਦਾ ਅੱਛਾ ਅੱਛਾ ਆਰਾਮ ਨਾਲ ਹੋ ਜਾਂਦਾ ਸਟਾਰਟ ਠੀਕ ਹੈ ਤੇ ਕਿਤੇ ਯਾਰ ਪਲੇਟ ਲੱਗੀ ਹੁੰਦੀ ਆ ਵੀ ਕਿੰਨਾ ਮਾਡਲ ਆ ਟਰੈਕਟਰ ਇਹ ਉਹ ਸਾਰੀ ਉਹ ਸਿਸਟਮ ਕਿੱਥੇ ਲੱਗਿਆ ਹੋਇਆ ਇਹਦੇ ਉਹੀ ਅੰਦਰ ਨਹੀਂ ਭਾਜੀ ਇਹਦੇ ਬਾਹਰ ਹੀ ਇੱਥੇ ਲਿਖਿਆ ਮਾਡਲ ਆ ਆਹ ਦੇਖ ਸਕਦੇ ਹੋ ਦੋਸਤੋ ਆਹ ਲਿਖਿਆ ਹੋਇਆ ਮਾਡਲ 1971 ਮਾਡਲ ਹੈ ਠੀਕ ਹੈ ਆ ਸਾਰੀ ਆ ਜਿਹੜੀ ਤੁਸੀਂ ਲੈਂਗੁਏਜ ਦੇਖ ਰਹੇ ਹੋ ਸਾਰੀ ਰਸ਼ੀਆ ਦੀ ਆ ਤਾਂ ਕਰਕੇ ਆਪਾਂ ਨੂੰ ਕੁਝ ਨਹੀਂ ਸਮਝ ਆ ਰਿਹਾ ਤੇ ਬਸ ਆਪਾਂ ਨੂੰ ਤਾਂ ਇੰਨਾ ਹੀ ਪਤਾ ਵੀ 1971 ਮਾਡਲ ਹੈ ਤੇ ਅੱਗੇ ਬਈ ਆਪਾਂ ਇਹਦੇ ਹਾਂਜੀ 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 ਉਦਾਂ ਵੈਸੇ ਇਹਦਾ ਅਸਲੀ ਨਾਮ ਦੀ ਜੇ ਬੇਲਾਰੂਸੀ ਆ ਚਲੋ ਆਪਣੇ ਥੋੜਾ ਕਹਿਣਾ ਸੌਖਾ ਲੱਗਦਾ ਬਾਇਲਾਰਸ ਤਾਂ ਕਰਕੇ ਨਾਮ ਬੇਲਾਰੂਸੀ ਹਾਂਜੀ ਅਸਲੀ ਨਾਮ ਤਾਂ ਇਹਦਾ ਬੇਲਾਰੂਸੀ ਆ ਇਹ ਕਹਿੰਦਾ ਜੇ ਆਪਾਂ ਸਲੰਸਰ ਦੇਖ ਰਹੇ ਹਾਂ ਉਹ ਵੀ ਮੈਨੂੰ ਲੱਗਦਾ ਹੋਰ ਆਉਂਦਾ ਸੀਗਾ ਪਹਿਲਾਂ ਇਹਨੂੰ ਭਾਜੀ ਸਲੰਸਰ ਜਿੱਦਾਂ ਪਹਿਲਾਂ ਆਉਂਦਾ ਸੀਗਾ ਉੱਪਰ ਜਿਹੜਾ ਢੋਲਕੀ ਉੱਪਰ ਉਹਦੀ ਆਵਾਜ਼ ਮਤਲਬ ਥੋੜੀ ਉਦਾਂ ਵੱਖਰੀ ਆ ਪਰ ਥੋੜੀ ਜਿਹੀ ਦਬਾਅ ਬਹਾਈਆ ਕਰਦੇ ਆ ਹੋਰ ਚੀਜ਼ਾਂ ਇਹ ਭਾਜੀ ਓਰੀਜਨਲ ਆ ਸਲੰਸਰ ਬਾਇਲਾਰਸ ਦਾ ਅੱਛਾ ਇਹ ਵੀ ਓਰੀਜਨਲ ਸਲੰਸਰ ਹੈ ਵੱਡੇ ਇੰਜਣਾਂ ਨੂੰ ਆਇਆ ਸੀ ਇਹ ਵੀ ਬਹੁਤ ਘੱਟ ਮਿਲਦੇ ਆ ਇਹ ਵੀ ਭਾਜੀ ਆਪਾਂ ਉੱਥੋਂ ਨਾਲ ਹੀ ਲਿਆਂਦਾ ਸੀ ਤੇ ਇਹਦੀ ਆਵਾਜ਼ ਬਹੁਤ ਸੋਹਣੀ ਆ ਹਾਂਜੀ ਜਦੋਂ ਬੋਨੇ ਆ ਜਮਾ ਸਾਇਲੈਂਟ ਹੋ ਜਾਂਦਾ ਟਰੈਕਟਰ ਠੀਕ ਹੈ ਤੇ ਇਹ ਸਲੰਸਰ ਫਿਰ ਸੌਖਾ ਹੀ ਮਿਲ ਗਿਆ ਸੀਗਾ ਹਾਂਜੀ ਹਾਂਜੀ ਆਪਣੇ ਭਾਜੀ ਉੱਥੇ ਰਿਸ਼ਤੇਦਾਰ ਆ ਅੱਛਾ ਲੇਡੀ ਦੇ ਮਾਮੇ ਹੋਣੀ ਆ ਉੱਥੇ ਰਹਿੰਦੇ ਤਾਂ ਉਹਨਾਂ ਦੇ ਉਹ ਫੇਰ ਇਦਾਂ ਦੀ ਚੀਜ਼ ਲੱਭ ਦਿੰਦੇ ਆ ਫਿਰ ਲੈ ਆਈਦੀ ਠੀਕ ਹੈ ਚਲੋ ਇੰਨਾ ਬਈ ਤੁਸੀਂ ਵੀ ਟਰੈਕਟਰ ਨੂੰ ਜ਼ਿਆਦਾਤਰ ਤਾਂ ਜੈਨੂਇਨ ਹੀ ਰੱਖਿਆ ਹੋਇਆ ਹਾਂਜੀ ਹਾਂਜੀ ਜੈਨੂਇਨ ਤੇ ਇੱਕ ਜੇ ਆਪਾਂ ਸਟੀਅਰਿੰਗ ਜਿਹਦੀ ਗੱਲ ਕਰੀਏ ਹਾਂਜੀ ਹਾਂਜੀ ਤੇ ਸਾਈਡ ਤੇ ਚਲਾਉਣਾ ਫਿਰ ਔਖਾ ਜਿਹਾ ਨਹੀਂ ਲੱਗਦਾ ਕਾਫੀ ਸਾਈਡ ਤੇ ਮੈਂ ਉੱਪਰੋਂ ਮੈਂ ਵੀ ਚਲਾ ਕੇ ਦੇਖਿਆ ਹਾਂਜੀ ਹਾਂਜੀ ਉਦਾਂ ਦਾ ਟਰੈਕਟਰ ਕੰਫਰਟੇਬਲ ਆ ਬਹੁਤ ਉਦਾਂ ਭਾਜੀ ਬਹੁਤ ਕੰਫਰਟੇਬਲ ਆ ਗੱਬੇ ਜੇ ਹੋ ਕੇ ਬਹਿ ਜਾਂਦੇ ਇੱਕ ਪਾਵਰ ਕਰਕੇ ਚਲਾਉਣਾ ਹੁਣ ਸੌਖਾ ਹੈ ਪਹਿਲਾਂ ਤਾਂ ਇੱਕ ਪਾਸੇ ਹੋ ਕੇ ਬਹਿਣਾ ਪੈਂਦਾ ਸੀ ਪਰ ਉਦਾਂ ਫਰਕ ਨਹੀਂ ਕੋਈ ਨਵੇਂ ਬੰਦੇ ਨੂੰ ਤਾਂ ਲੱਗਦਾ ਥੋੜਾ ਜਿਹਾ ਹਾਂਜੀ ਤੇ ਇੱਕ ਲੰਬਾ ਵੀ ਕਾਫੀ ਹੈ ਨਾ ਉੱਪਰ ਬਹਿ ਕੇ ਤਾਂ ਐਂ ਲੱਗਦਾ ਵੀ ਕਿੰਨਾ ਕੁ ਪਤਾ ਨਹੀਂ ਬਾਈ ਤਾਂ ਟਰੈਕਟਰ ਹੀ ਕਾਫੀ ਉੱਚਾ ਵੀ ਕਾਫੀ ਹੈ ਤੇ ਇੱਕ ਜੇ ਆਪਾਂ ਰੂਫ ਦੀ ਬਾਈ ਅੱਗੇ ਗੱਲ ਕਰਦੇ ਆਂ ਤੇ ਇਹ ਆਪਾਂ ਆਪ ਹੀ ਲਾਈ ਸੀਗੀ ਹਾਂਜੀ ਆਪ ਹੀ ਲਾਈ ਸੀ ਪਹਿਲਾਂ ਇਹਨੂੰ ਹੋਰ ਛਤਰੀ ਆਉਂਦੀ ਸੀ ਪਹਿਲਾਂ ਇਹਨੂੰ ਲੱਗੀ ਹੋਈ ਸੀ ਕਿ ਨਹੀਂ ਇਤੋਂ ਨਾਲ ਲੱਗਦੀਆਂ ਸੀ ਉੱਪਰ ਛੋਟੀ ਜਿਹੀ ਛਤਰੀ ਆਉਂਦੀ ਸੀ ਸਿਰਫ ਉਸੇ ਸੀਟ ਤੇ ਫਿਰ ਉਹ ਆਪਾਂ ਲਾ ਕੇ ਘਰੇ ਰੱਖੀ ਵਾ ਠੀਕ ਹੈ ਜੀ ਆ ਵੀ ਸੋਹਣੀ ਲੱਗਦੀ ਆ ਹਾਂਜੀ ਇਹ ਫਿਰ ਨਵੇਂ ਦੇ ਹਿਸਾਬ ਨਾਲ ਲਾ ਦਿੱਤੀ ਹਾਂਜੀ 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 ਸੋਹਣੀ ਲੱਗਦੀ ਆ ਵੀ
ਤੇ ਇੱਕ ਵਾਰ ਬਾਈ ਤੁਹਾਨੂੰ ਦੂਰੋਂ ਦਿਖਾ ਦਿੰਨਾ ਦੇਖ ਸਕਦੇ ਹੋ ਟਰੈਕਟਰ ਨੂੰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਇੱਕ ਆ ਜਿਵੇਂ ਭਰਾਓ ਅੱਜ ਕੱਲ੍ਹ ਦੀਆਂ ਟਰਾਲੀਆਂ ਮੋਡੀਫਾਈ ਕਰਦੇ ਹਾਂ ਅਤੇ ਲਾਈਟਾਂ ਲਾਉਂਦੇ ਹਾਂ ਟਰਾਲੀ ਦੇ ਅਤੇ ਆਹ ਸਭ ਤੋਂ ਵੱਡੀ ਗੱਲ ਇਹ ਟਰੈਕਟਰ ਦੇ ਨਾਲ ਹੀ ਆਇਆ ਸੀਗਾ ਵੀ ਟਰਾਲੀ ਨੂੰ ਜੇ ਲਾਈਟਾਂ ਲੱਗੀਆਂ ਹੁਣ ਤਾਂ ਪਲੱਗ ਲਾਓ ਸਿੱਧਾ ਲਾਈਟਾਂ ਚੱਲ ਪੈਂਦੀਆਂ ਨੇ ਅਤੇ ਇੱਕ ਇਹਦਾ ਜਿਹੜਾ ਬ੍ਰੇਕਾਂ ਨੇ ਜਿਹੜੀਆਂ ਇਹਦੀਆਂ ਆਹ ਸੀਗੇ ਬ੍ਰੇਕਾਂ ਇਹ ਡਰੰਮ ਨੇ ਅਤੇ ਟਰੈਕਟਰ ਦੇ ਨਾਲ ਇਹ ਵੀ ਘੁੰਮਦੇ ਨੇ ਜਦੋਂ ਟਰੈਕਟਰ ਚੱਲਦਾ ਨਾ ਅਤੇ ਇਹ ਵੀ ਨਾਲ ਘੁੰਮਦੇ ਨੇ ਉਹ ਦੇਖ ਲਓ ਬਾਈ ਬ੍ਰੇਕਾਂ ਦੀ ਨਾਲ ਹੀ ਘੁੰਮਦੀਆਂ ਨੇ ਕਿਤੇ ਬੰਦ ਕਰਨ ਨੂੰ ਕੋਈ ਚੋਕ ਨਹੀਂ ਲੱਗੀ ਹੋਈ ਬੰਦ ਕਰਕੇ ਦਿਖਾਈ ਬੰਦ ਵੀ ਇਹ ਰੇਸ ਤੋਂ ਹੀ ਹੋ ਜਾਂਦਾ ਬੰਦ ਕਰਨ ਲਈ ਕੋਈ ਤੇ ਲੈਦਾ ਚੋਕ ਨਹੀਂ ਇਹ ਹੁੱਕੇ ਦੀ ਵੀ ਆਪਾਂ ਤਿਆਰ ਕਰੀ ਸੀਗੀ ਕਿ ਨਾਲ ਦੀ ਵੀ ਆ ਬਾਈ ਨਹੀਂ ਇਹਨੂੰ ਬੜੀ ਹੁੱਕ ਚੇਂਜ ਕੀਤੀ ਸੀ ਇਹ ਵੀ ਆਪਾਂ ਹੀ ਤਿਆਰ ਕਰਵਾ ਕੇ ਲਾਈ ਹੈ ਜੀ ਹਾਂਜੀ ਹਾਂਜੀ ਤੇ ਕਿਹਦੀ ਆਪਾਂ ਲਿਫਟ ਦੀ ਬਾਈ ਗੱਲ ਕਰੀਏ ਹਾਂਜੀ ਹਾਂਜੀ ਇਹਦੇ ਲਿਫਟ ਮੈਂ ਸੁਣਿਆ ਵੀ ਜੇ ਆਪਾਂ ਨੀਚੇ ਵੀ ਲੱਗ ਜਾਂਦੀ ਹੈ ਇਹ ਕਿ ਨਹੀਂ ਇਹ ਭਾਜੀ ਕੰਟਰੋਲ ਇਹਦੇ ਵਿੱਚ ਕੰਟਰੋਲ ਨਹੀਂ ਹੁੰਦਾ ਜਿੱਦਾਂ ਕੰਟਰੋਲ ਦੇ ਲਈ ਇਹਦੀ ਹਨਾ ਲਿੰਕਾਂ ਆਪਾਂ ਚੇਂਜ ਕਰਤੀਆਂ ਨਹੀਂ ਖਰਾਬ ਹੋ ਗਈਆਂ ਥੋੜੀਆਂ ਉਹ ਚ ਚੱਲ ਦਿੱਤੀ ਹੁੰਦੀ ਸੀ ਜਿਹੜੇ ਵਿੱਚ ਲੋਡ ਆ ਪਾ ਲਓ ਉੱਪਰ ਥੱਲੇ ਜਦੋਂ ਹਾਲ ਜਾਂਦੇ ਉੱਪਰ ਥੱਲੇ ਆਪਣੇ ਆਪ ਉਹਦੇ ਵਿੱਚ ਚੱਲ ਚ ਚੱਲ ਜਾਂਦੇ ਠੀਕ ਹੈ ਉਦਾਂ ਇਹਨੂੰ ਨਹੀਂ ਸੀਗੀ ਇਹਦੀ ਲਿਫਟ ਇੱਦਾਂ ਆ ਭਾਜੀ ਆਹ ਜੈਕ ਸਿਸਟਮ ਹੀ ਆ ਜਦੋਂ ਜੀਸੀਬੀ ਦਾ ਮਸ਼ੀਨ ਦਾ ਜੀ ਇਹ ਭਾਜੀ ਜਿੰਨਾ ਬਾਹਰ ਨੂੰ ਆਉਂਦਾ ਉਨਾ ਥੱਲੇ ਨੂੰ ਆਉਣਾ ਟਰੈਕਟਰ ਫ੍ਰੀ ਖੜਾ ਜਾਂ ਉਦਾਂ ਕਿਤੇ ਗੜ ਗੁੜ ਗਿਆ ਲਾ ਲੋ ਹਾਂਜੀ ਉਦਾਂ ਕਦੇ ਇਦਾਂ ਦੀ ਲੋਡ ਪਈ ਨੀ ਪਰ ਉਦਾਂ ਜਦੋਂ ਆਪਾਂ ਸਵਾਗਾ ਸੁਗਾ ਦਿੰਨੇ ਆ ਜਿੰਦਾ ਭਾਰੀ ਵੱਟ ਕੱਢਣੀ ਆ ਥੱਲੇ ਨੂੰ ਦੱਬ ਕੇ ਕੰਮ ਭਾਜੀ ਉਹ ਫੇਰ ਬਹੁਤ ਕੰਮ ਆਉਂਦੀ ਆ ਤੇ ਸਿੰਪਲ ਦੇ ਵਿੱਚ ਇੱਕ ਸੋਹਣਾ ਤਿਆਰ ਕਰਿਆ ਹੋਇਆ ਬਈ ਟਰੈਕਟਰ ਆਪਾਂ ਇਹ ਹਾਂਜੀ ਤੇ ਹੋਰ ਇਹਦੇ ਚ ਆਪਾਂ ਕੀ ਕੀ ਆਪਣੇ ਭਰਾਵਾਂ ਨੂੰ ਦਿਖਾ ਸਕਦੇ ਆ ਵੀ ਚੇਂਜ ਕਰਿਆ ਹੋਇਆ ਤੁਹਾਨੂੰ ਇਹਦੇ ਬਾਰੇ ਵੀ ਕਾਫੀ ਕਮੈਂਟ ਆਉਂਦੇ ਹੋਣਗੇ ਹੋਰ ਹਾਂਜੀ ਭਾਜੀ ਪੁੱਛਦੇ ਰਹਿੰਦੇ ਆ ਹੂੰ ਇਹਦੇ ਵਿੱਚ ਭਾਜੀ ਕੁਝ ਨਹੀਂ ਇੱਕ ਥੋੜੀ ਆਹ ਫਿਟਿੰਗ ਛਤਰੀ ਦੀ ਸੀਗੀ ਉਹ ਚੇਂਜ ਕਰ ਦਿੱਤੀ ਆਪਾਂ ਹੂੰ ਆਹ ਕਰਦੇ ਟੈਂਕੀ ਇਹਦੀ ਡੀਜ਼ਲ ਇੱਥੇ ਆ ਜੀ ਆ ਥੱਲੇ ਖੋਲ ਕੇ ਹਾਂਜੀ ਅੱਛਾ ਅੱਛਾ ਆਹ ਚੀਜ਼ ਖੋਲ ਕੇ ਜੀ ਦਿਖਾਇਓ ਮਾੜਾ ਜਿਹਾ ਇੱਕ ਵਾਰ ਇਹਦੇ ਵਿੱਚ ਭਾਜੀ ਤੇਲ ਠੀਕ ਹੈ ਠੀਕ ਹੈ ਇਹਦੇ ਚ ਤੇਲ ਕਿੰਨੇ ਕੁ ਲੀਟਰ ਦੀ ਹੈ ਭਾਜੀ ਟੈਂਕੀ ਇਹ ਭਾਜੀ 120 ਲੀਟਰ ਪੈਂਦੇ ਚ 120 ਲੀਟਰ ਤੇਲ ਵੀ ਇਹ ਚ ਕਾਫੀ ਪੈ ਜਾਂਦਾ 120 ਲੀਟਰ ਭਾਈ ਡੀਜ਼ਲ ਪੈ ਜਾਂਦਾ ਹੂੰ 120 ਲੀਟਰ ਹਿੱਸੇ ਚ ਪੈਂਦਾ ਇਹਦੇ ਪਿੱਛੇ ਅੱਛਾ ਠੀਕ ਹੈ 20 ਲੀਟਰ ਨਾਲ ਇੰਜਨ ਦੀ ਸਰਵਿਸ ਹੁੰਦੀ ਹੈ ਹਾਂਜੀ ਇਹ ਤਾਂ ਕਾਫੀ ਪੈ ਜਾਂਦਾ ਇਹਦਾ ਹਾਂਜੀ ਸਰਵਿਸ ਕਿੰਨੇ ਕੁ ਚ ਹੋ ਜਾਂਦੀ ਹੈ ਇਹਦੀ ਜੇ ਉਦਾਂ ਆਪਾਂ ਸਰਵਿਸ ਦੀ ਗੱਲ ਕਰੀ ਕਿੰਨਾ ਖਰਚਾ ਆਉਂਦਾ ਇਹਦੀ ਤੇ ਸਰਵਿਸ 20 ਲੀਟਰ ਤੇਲ ਪੈਂਦਾ ਭਾਜੀ ਇਹ ਦੇਖ ਲਓ ਹੂੰ ਤੇ ਫਿਲਟਰ ਵਗੈਰਾ ਵੀ ਫਿਲਟਰ ਇੱਕੋ ਤਾਂ ਉਹੀ ਸਾਫ਼ ਹੋ ਜਾਂਦਾ ਪੁਰਾਣੇ ਅੱਛਾ ਜਿਹੜਾ ਮਕਲੇਨ ਫਿਲਟਰ ਹੁੰਦਾ ਉਹਦੇ ਨਾਲ ਦਾ ਹੀ ਆਉਂਦਾ ਚੇਂਜ ਕਰਨ ਦੀ ਲੋੜ ਨਹੀਂ ਅੱਛਾ ਤੇ ਡੀਜ਼ਲ ਫਿਲਟਰ ਖੋਲ ਕੇ ਸਾਫ਼ ਕਰਦੇ ਹੂੰ ਤੇ ਜ਼ਿਆਦਾ ਹੀ ਖਰਾਬ ਹੋ ਜੂ ਫੇਰ ਲੋੜ ਆ ਠੀਕ ਹੈ ਫਿਰ ਉਹ ਤਾਂ ਨਾਰਮਲੀ ਮਿਲ ਜਾਂਦਾ ਕਿ ਨਹੀਂ ਫਿਲਟਰ ਮਿਲ ਜਾਂਦਾ ਬਈ ਉੱਥੋਂ ਨਹੀਂ ਤਾਂ ਉੱਥੋਂ ਮੰਗਵਾ ਲਈਦਾ ਠੀਕ ਤੋਂ ਆ ਜਾਂਦਾ ਅੱਛਾ ਅੱਛਾ ਯੂਪੀ ਜੀ ਇਹ ਲਿਫਟ ਦੀ ਜਿਹੜਾ ਲਿਫਟ ਦਾ ਤੇਲ ਵੱਖਰਾ ਆ ਉਹਦਾ 25 ਲੀਟਰ ਵੱਖਰਾ ਆ ਮੋਰੇ ਪੈਂਦਾ ਜਿੱਥੇ ਟੈਂਕੀ ਹੁੰਦੀ ਆਮ ਤੌਰ ਤੇ ਵੈਸੇ ਇੱਕ ਗੱਲ ਇਹਦੀ ਬਾਈ ਤੁਸੀਂ ਜੇ ਆਪਾਂ ਐਵਰੇਜ ਦੀ ਗੱਲ ਕਰੀ ਕੱਢੀ ਆ ਕਦੇ ਕਿ ਨਹੀਂ ਨਹੀਂ ਐਵਰੇਜ ਨਹੀਂ ਕੱਢੀ ਬੜੀ ਤੂੜੀ ਵਾਲੇ ਰੀਪਰ ਤੇ ਖਾ ਜਾਂਦਾ ਸੀ 4 ਕਿ ਲੀਟਰ ਟਰਾਲੀ ਦੇ ਪਿੱਛੇ 4 ਕਿ ਲੀਟਰ ਫਿਰ ਵੀ ਠੀਕ ਹੈ ਟਰਾਲੀ ਦੇ ਠੀਕ ਸੀ ਬੜੀ ਪਰਦਾ ਵੀ ਮਿਲਦਾ ਤਾਂ ਚੇਂਜ ਇਹਦੀ ਕਿਵੇਂ ਪੀਟੀਓ ਦੀ ਪਾਵਰ ਵਗੈਰਾ ਵੀਡੀਓ ਪਾਵਰ ਤਾਂ ਵਧੀਆ ਹੈ ਵਧੀਆ ਪੂਰਾ ਆਮ ਨਾਲੋਂ ਥੋੜੀਆਂ ਸਪਲੈਨਾਂ ਹੋ ਰਿਆ ਹੂੰ ਗੋਲੀ ਦੀਆਂ ਹਾਂਜੀ ਤੇ ਉਹਦਾ ਫਿਰ ਬਣਾਇਆ ਸੀਗਾ ਸਪੈਸ਼ਲ ਬੁੱਲਾ ਦਾ ਅੱਛਾ ਠੀਕ ਹੈ ਠੀਕ ਹੈ ਵੀ ਹੋਰ ਆਪਾਂ ਨੂੰ ਕੋਈ ਚੇਂਜ ਕਰਨ ਦੀ ਲੋੜ ਨਹੀਂ ਪਈ ਨਹੀਂ ਲੋੜ ਨਹੀਂ ਪਈ ਕੋਈ ਉਦਾਂ ਗੇੜੇ ਗੂੜੇ ਪੂਰੇ ਰਲਦੇ ਨਹੀਂ ਸੀਗੇ ਤਾਂ ਕਰਕੇ ਥੋੜਾ ਤੇਲ ਜ਼ਿਆਦਾ ਖਾਂਦਾ ਸੀ ਥੋੜਾ ਓਵਰ ਤੇ ਚੱਲਦਾ ਸੀ ਅੱਛਾ ਜੀ ਉਦਾਂ ਠੀਕ ਹੈ ਭਾਜੀ ਇਦਾਂ ਹੁਣ ਤਾਂ ਵਧੀਆ ਲੱਗ ਰਿਹਾ ਤਾਂ ਵਧੀਆ ਹੈ ਹੂੰ ਤੇ ਬਾਕੀ ਬਈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਬਾਕੀ ਜੇ ਕਿ ਹੋਰ ਵੀ ਕਿਸੇ ਭਰਾ ਕੋਲੇ ਹੈਗਾ ਜ਼ਰੂਰ ਫੋਟੋਆਂ ਭੇਜਿਓ ਤੇ ਦੇਖਦੇ ਆ ਵੀ ਕਿੰਨਾ ਕਿੰਨਾ ਕੁ ਭਰਾਵਾਂ ਨੇ ਆਪਣੇ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਪਲੇਟਫਾਰਮ ਦੇਖ ਲਓ ਬਈ ਪਹਿਲੀਆਂ 'ਚ ਹੀ ਫਲੈਟ ਪਲੇਟਫਾਰਮ ਹੈ ਇਹ ਤੇ ਉੱਤੇ ਚਾਹੇ ਬੰਦਾ ਜਿਵੇਂ ਮਰਜ਼ੀ ਬੈਠਾ ਰਹੇ ਇੱਕ ਇਹਦੀ ਸੀਟ ਦੇਖ ਲਓ ਉੱਪਰੋਂ ਮੈਂ ਤੁਹਾਨੂੰ ਇਹਦੀ ਲੁੱਕ ਦਿਖਾ ਦਿੰਨਾ ਸੀਟ ਥੱਲੇ ਟੂਲ ਬਾਕਸ ਠੀਕ ਹੈ ਠੀਕ ਹੈ ਜਿੱਦਾਂ ਚੱਕ ਦਿੰਦੇ ਆ ਟੂਲ ਬਾਕਸ ਚਾਬੀਆਂ ਰੱਖਣ ਨੂੰ ਜੋ ਮਰਜ਼ੀ ਰੱਖ ਲਓ ਬਈ ਇਹਦਾ ਟੂਲ ਬਾਕਸ ਤੇ ਸੀਟ ਵਗੈਰਾ ਬਈ ਇਦਾਂ ਹੀ ਆਉਂਦੀ ਸੀਗੀ ਇਹ ਠੀਕ ਹੈ ਤੇ ਇੱਕ ਬਈ ਸਾਨੂੰ ਇਹਦੇ ਗੇਰਾਂ ਵਗੈਰਾ ਬਾਰੇ ਵੀ ਨਹੀਂ ਪਤਾ ਉਹ ਵੀ ਦੱਸਿਓ ਜ਼ਰੂਰ ਇਹ ਜੀ ਇਹ ਕੀ ਚੀਜ਼ ਹੈ ਗੇਰ ਬੜੀ ਆ ਲਿਖਿਓ ਠੀਕ ਹੈ ਆ ਦਿਖਾ ਦਿਓ ਇਹਦੇ ਵਿੱਚ ਇਹ ਹਾਈ ਲੋ ਆ ਇਕੋ ਲੀਵਰ ਦੇ ਵਿੱਚ ਇਹ ਚੀਜ਼ਾਂ ਵੈਸੇ ਯਾਰ ਘੱਟ ਦੀ ਲੱਗੀਆਂ ਹੁੰਦੀਆਂ ਨੇ ਇਹਦੇ ਪਿੱਛੋਂ ਹੀ ਸੀਗੀ ਇਹ ਸਾਰਾ ਸਿਸਟਮ ਠੀਕ ਹੈ ਇੱਥੇ ਆ ਕੇ ਹਾਈ ਲੋ ਹੋ ਜਾਂਦਾ ਹਾਈ ਲੋ ਕੱਢ ਕੇ ਫਿਰ ਜਿਹੜਾ ਮਰਜ਼ੀ ਗੇਰ ਅੱਛਾ ਹਾਈ ਲੋ ਵਾਲਾ ਵੀ ਇਹੀ ਹੈ ਇਹੀ ਹੈ ਜੀ ਵੀ ਇੱਥੇ ਕਰਕੇ ਅੱਗੇ ਪਿੱਛੇ ਅੱਗੇ ਨੂੰ ਹਾਈ ਹੋ ਜਾਣਾ ਆ ਪਿੱਛੇ ਨੂੰ ਕਰਕੇ ਲੋ ਕਰਕੇ ਕੱਢ ਲਓ ਉਹਦੇ ਜਿਹੜਾ ਮਰਜ਼ੀ ਗੇਰ ਪਾ ਅੱਛਾ ਵੀ ਇੱਕ ਵਾਰ ਕੱਢ ਕੀ ਪਾਉਣਾ ਹਾਈ ਕਰ ਦੇਣਾ ਕੱਢ ਲੈਣਾ ਫਿਰ ਕੱਢ ਕੇ ਇੱਧਰ ਲੈ ਆਉਣਾ ਜਿੱਧਰ ਪਾਉਣੀ ਹੈ ਤਕਨੀਕ ਯਾਰ ਵਧੀਆ ਸੀਗੀ ਹੈ ਨਾ ਆ ਲਿਫਟ ਉਹ ਲਿਫਟ ਹੋ ਗਈ ਤੇ ਆਹ ਦੋ ਚੀਜ਼ਾਂ ਜਿਹੜੀ ਖਾਲੀਆਂ ਛੱਡੀਆਂ ਹੋਈਆਂ ਇਹ ਭਾਜੀ ਸਾਈਡ ਤੋਂ ਬਲਬ ਕੱਢੇ ਸੀ ਜਿੱਦਾਂ ਮੋਰੇ ਕੋਈ ਕਰਾ ਲਾਉਣਾ ਹੋਵੇ ਜਾਂ ਹੋਰ ਚੀਜ਼ ਲਾਉਣੀ ਹੋਵੇ ਵਿੱਚੇ ਲੋਡਰ ਲਾਉਣਾ ਹੂੰ ਉਹਦੇ ਲਈ ਅੱਛਾ ਅੱਛਾ ਵੀ ਆਪਾਂ ਕੁਝ ਨਹੀਂ ਉਤਾਰਿਆ ਨਹੀਂ ਨਹੀਂ ਇਹ ਚ ਹੀ ਤੇਲ ਪੈਂਦਾ ਭਾਜੀ ਹਾਈਡਰੋਲਿਕ ਦਾ
ਅੱਛਾ ਹਾਈਡ੍ਰੌਲਿਕ ਦਾ ਹਾਂਜੀ ਹਾਂਜੀ ਇਹ ਜੀ ਲੰਮਾ 25 ਲੀਟਰ ਦੇ ਲੋ ਠੀਕ ਹੈ ਠੀਕ ਹੈ ਮੈਨੂੰ ਇਦਾਂ ਪਹਿਲਾਂ ਸੀਗਾ ਕਿਤੇ ਵੀ ਦੂਸਰੀ ਟੈਂਕੀ ਇਹ ਉਹ ਪਿੱਛੇ ਵਾ ਸੀਟ ਥੱਲੇ ਹੀ ਬੰਦੀ ਉਹ ਸਰ ਹਾਂਜੀ 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 ਆ ਨੋ ਵੀ ਪੀਨ ਅੱਛਾ ਤੇਲ ਚੈੱਕ ਕਰਨੇ ਵੀ ਆਪਣੇ ਹੱਥ ਦੇ ਕੋਲ ਹੀ ਹੈ ਹਾਂਜੀ ਹਾਂਜੀ ਲੈਫਟ ਵਾਲੀ ਲੈਫਟ ਦਾ ਤੇਲ ਚੈੱਕ ਕਰਨਾ ਹੋਵੇ ਅੱਛਾ ਅੱਛਾ ਠੀਕ ਹੈ ਤੇ ਇੱਕ ਭਰਾ ਉੱਪਰੋਂ ਦੇਖ ਲਓ ਤੁਸੀਂ ਤੇ ਕਾਫੀ ਵੱਡਾ ਟਰੈਕਟਰ ਹੈ ਸਟੀਅਰਿੰਗ ਇਹਦਾ ਆ ਸੀਗਾ ਸਾਈਡ ਤੇ ਪਾਵਰ ਕਰਕੇ ਤਾਂ ਪੂਰਾ ਵਧੀਆ ਹੀ ਬਣ ਗਿਆ ਤੇ ਆ ਸੀਗੀ ਇਹਦੀ ਰੇਸ जोर मरा चीज होगी बहुत सोहनी तकनीक है आवाज बहुत साइलेंट है अगे देख रहे हैं गेड़ा देख देख रहे हैं खुला बहुत है भाई ते साइड ते स्टीयरिंग है ये किदे मीटर भाई रीजनल नाल दे मीटर ने ते आ देखो रशिया च लिखा हुआ जिदा सारी रशिया लिखी हुई आप ही कोई समझ नहीं आ रहा की लिखा हुआ तो एक बार मीटर बारे भी यार दस्यो ये सारी रशिया च लिखा हुआ तो आ तो हो गया बैटरी वाला बैटरी वाला तेल वाला अच्छा ऑयल प्रेशर है ट्रैक्टर लिया अजकल भाई ये अंटीक चीजा देखने घट ही मिलदिया ने चलो अपने भरा ने सामभ बहुत वधिया गल है ते एक भाई ये वेट कि होगा ਚੌਂਤੀ ਨੰਬਰ ਚ ਬਾਇਲਰਸ ਬਾਰੇ ਗੱਲਬਾਤ ਤੁਸੀਂ ਕਮੈਂਟ ਕਰਕੇ ਦੱਸੋ ਯਾਰ ਤੁਹਾਨੂੰ ਬਾਈ ਦਾ ਕਿਵੇਂ ਲੱਗਿਆ ਤਿਆਰ ਕਰਿਆ ਹੋਇਆ ਸਿੰਪਲ ਜਿਹਾ ਟਰੈਕਟਰ ਹੈ ਵੈਸੇ ਜੈਨੂਇਨ ਹੈ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ।